ਦੋਸਤੋ ਮੈਂ ਲਵ ਪ੍ਰੀਤ ਤੇ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ ਪਿੰਡਾਂ ਦੀ ਗਿਣਤੀ ਬਾਰੇ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਅੰਮ੍ਰਿਤਸਰ ਵਿੱਚ 776 ਪਿੰਡ ਤਰਨਤਾਰਨ ਵਿੱਚ 513 ਪਿੰਡ ਗੁਰਦਾਸਪੁਰ ਵਿੱਚ 1206 ਪਿੰਡ ਪਠਾਨਕੋਟ ਵਿੱਚ 410 ਪਿੰਡ ਜਲੰਧਰ ਵਿੱਚ 964 ਪਿੰਡ ਕਪੂਰਥਲੇ ਵਿੱਚ 703 ਪਿੰਡ ਨਵੇਂ ਸ਼ਹਿਰ ਵਿੱਚ 472 ਪਿੰਡ ਖੁਸ਼ਿਆਰਪੁਰ ਵਿੱਚ 1420 ਪਿੰਡ ਫਿਰੋਜ਼ਪੁਰ ਵਿੱਚ 682 ਪਿੰਡ ਫਾਜ਼ਿਲਕਾ ਵਿੱਚ 438 ਪਿੰਡ ਫਰੀਦਕੋਟ ਵਿੱਚ 171 ਪਿੰਡ ਮੋਗੇ ਵਿੱਚ 352 ਪਿੰਡ ਮੁਕਤਸਰ ਵਿੱਚ 234 ਪਿੰਡ ਮਾਨਸੇ ਵਿੱਚ 240 ਪਿੰਡ ਬਠਿੰਡੇ ਵਿੱਚ 294 ਪਿੰਡ ਬਰਨਾਲੇ ਵਿੱਚ 128 ਪਿੰਡ ਲੁਧਿਆਣੇ ਵਿੱਚ 916 ਪਿੰਡ ਪਟਿਆਲੇ ਵਿੱਚ 915 ਪਿੰਡ ਸਹਿਬਜਾਦਾ ਅਜੀਤ ਸਿੰਘ ਨਗਰ ਵਿੱਚ 427 ਪਿੰਡ ਫਤੇਗੜ ਸਾਹਿਬ ਵਿੱਚ 446 ਪਿੰਡ ਰੂਪਨਗਰ ਵਿੱਚ 615 ਪਿੰਡ ਸੰਗਰੂਰ ਵਿੱਚ 572 ਪਿੰਡ ਦੋਸਤੋ ਪੰਜਾਬ ਵਿੱਚ ਪਿੰਡਾਂ ਦੀ ਕੁੱਲ ਗਿਣਤੀ 12894 ਹੈ ਦੋਸਤੋ ਬਹੁਤ ਬਹੁਤ ਧੰਨਵਾਦ ਥੈਂਕ ਯੂ